ਮਸਤ ਕਰ ਦੋਸਤੋ ਮੈਂ ਤੁਹਾਡਾ ਦੋਸਤ ਮਨੂ ਮੋੜ ਜਿਵੇਂ ਕਿ ਤੁਹਾਨੂੰ ਪਤਾ ਹੈ ਸਭ ਇਨਸਪੈਕਟਰ ਦੇ ਜਿਹੜੇ ਐਡਮਿਟ ਕਾਰਡ ਇਹਨਾਂ ਨੇ ਜਾਰੀ ਕਰ ਦਿੱਤੇ ਨੇ ਐਡਮਿਟ ਕਾਰਡ ਸਾਰੇ ਨੇ ਡਾਊਨਲੋਡ ਕਰ ਲਏ ਹੋਣਗੇ ਬਟ ਕਈਆਂ ਕੈਂਡੀਡੇਟਾਂ ਨੂੰ ਕੀ ਇਨਸਟਰਕਸ਼ਨਸ ਨਹੀਂ ਪਤਾ ਇਸ ਵੀਡੀਓ ਵਿੱਚ ਆਪਾਂ ਇਨਸਟਰਕਸ਼ਨ ਬਾਰੇ ਗੱਲ ਕਰਾਂਗੇ ਕਿਹੜੇ-ਕਿਹੜੀ ਆਪਾਂ ਚੀਜ਼ਾਂ ਫੋਲੋ ਕਰਨੀਆਂ ਤਾਂ ਜੋ ਆਪਣਾ ਐਗਜ਼ਾਮ ਚੰਗੀ ਤਰ੍ਹਾਂ ਕੰਡਕਟ ਹੋ ਜਾਵੇ ਸਭ ਤੋਂ ਪਹਿਲੇ ਪੁਆਇੰਟ ਵਿੱਚ ਆਪਾਂ ਚੈੱਕ ਕਰ ਸਕਦੇ ਹਾਂ ਇਹਨਾਂ ਨੇ ਕੀ ਲਿਖਿਆ ਹੋਇਆ ਐਡਮਿਟ ਕਾਰਡ ਇਨ ओरिजिनल ਵਿਦ 1 ਪਾਸਪੋਰਟ ਸਾਈਜ਼ ਫੋਟੋ ਕਲਰ ਫੋਟੋਗ੍ਰਾਫ ਆਪਨਾ origignal admit card ਲੈ ਕੇ ਜਾਣਾ ਤੇ passport size color photo ਲੈ ਕੇ ਜਾਣੀ ਹੈ ਸੇਮ ਫੋਟੋ ਹੋਵੇ ਤਾਂ ਚੰਗੀ ਗੱਲ ਹੈ ਜਿਹੜੀ ਵੀ ਆਪਾਂ ਫਾਰਮ ਤੇ ਅਟੈਚ ਕੀਤੀ ਸੀ ਸੇਮ ਫੋਟੋ ਹੋਵੇ ਤਾਂ ਚੰਗੀ ਗੱਲ ਹੈ ਜੇ ਨਹੀਂ ਐ ਸੇਮ ਫਿਰ ਵੀ ਕੋਈ ਵੀ ਲੈ ਜਾਓ ਚੱਲ ਜਾਂਦੀ ਹੈ ਓਕੇ ਤੇ ਇਸੋ ਇਸ ਦੇ ਨੀਚੇ ਕਿ ਲਿਖਿਆ ਹੈ ਵਿਦਾਊਟ ਫੋਟੋਗ੍ਰਾਫ ਓਨ ਦਾ ਐਡਮਿਟ ਕਾਰਡ ਇਹ ਆਪਾਂ ਐਡਮਿਟ ਕਾਰਡ ਉੱਪਰ ਚਪੇਣੀ ਆ ਫੋਟੋ ਜੇ ਫੋਟੋ ਨਹੀਂ ਚਪਾਉਂਗੇ ਤੁਸੀਂ ਐਡਮਿਟ ਕਾਰਡ ਉੱਪਰ ਤਾਂ ਪੇਪਰ ਵਾਸਤੇ ਅਪੀਅਰ ਨਹੀਂ ਹੋਵੇਗਾ ਠੀਕ ਹੈ ਇਸ ਤੋਂ ਬਾਅਦ ਸੈਕੰਡ ਪੁਆਇੰਟ ਚ ਇਹਨਾਂ ਨੇ ਕਿਹਾ ਰਿਪੋਰਟਿੰਗ ਟਾਈਮ ਤੇ ਪਹੁੰਚਣਾ ਹੈ ਰਿਪੋਰਟਿੰਗ ਟਾਈਮ ਤੋਂ ਜੇ ਬਾਅਦ ਆਉਂਦੇ ਆ ਤਾਂ ਗੇਟ ਖੁੱਲ ਨਹੀਂ ਜਾਵੇਗਾ ਠੀਕ ਹੈ ਨਾਂਵਰ ਕੇ ਟਾਈਮ ਨਾਲ ਪਹੁੰਚ ਜਾਓ ਤੇ ਇੱਕ ਗੱਲ ਹੋਰ ਵੀਡੀਓ ਵਿੱਚ ਕਮੈਂਟ ਕਰਕੇ ਜਰੂਰ ਦੱਸ ਦਿਓ ਕਿ ਕਿਹੜੇ ਕਿਹੜੇ ਕੈਂਡੀਡੇਟ ਦਾ ਸੈਂਟਰ ਕਿੱਥੇ ਕਿੱਥੇ ਆਇਆ ਠੀਕ ਹੈ ਜਿਵੇਂ ਕਿ ਮੇਰੇ ਇੱਕ ਸਬਸਕ੍ਰਾਈਬਰ ਦਾ ਆਇਆ ਮੁਕਸਰ ਆਇਆ ਜੇ ਕਿਸੇ ਵੀ ਕੈਂਡੀਡੇਟ ਦਾ ਮੁਕਸਰ ਆਇਆ ਤਾਂ ਕਮੈਂਟ ਕਰ ਦਿਓ ਤੁਸੀਂ ਆਪਸ ਵਿੱਚ ਜੋ ਵੀ ਗੱਲਬਾਤ ਕਰਕੇ ਹਨਾ ਇਕੱਠੇ ਜਾਓ ਇਕੱਠੇ ਐਗਜ਼ਾਮ ਦੇ ਕੇ ਆਓ ਥੋੜੇ ਜੀ ਤੇ ਇੱਕ ਤਰ੍ਹਾਂ ਦੀ ਫਰੈਂਡ ਬਣ ਜਾਂਦੀ ਹੈ ਹਨ ਇਸ ਤੋਂ ਬਾਅਦ ਗੱਲ ਕਰੀਏ ਪੁਆਇੰਟ ਨੰਬਰ 3 ਦੀ ਗੱਲ ਕਰੀਏ ਇਸ ਤੋਂ ਬਾਅਦ ਆਇਡੈਂਟੀਟੀ ਪ੍ਰੂਫ ਲੈ ਕੇ ਜਾਣਾ ਐਜ਼ ਜਦੋਂ ਪੈਨ ਕਾਰਡ ਹੋਵੇ ਜਾਂ ਪਾਸਪੋਰਟ ਹੋਵੇ ਡਰਾਈਵਿੰਗ ਲਾਇਸੈਂਸ ਜਾਂ ਵੋਟਰ ਕਾਰਡ ਜਾਂ ਆਧਾਰ ਕਾਰਡ ਇਨ ओरिजिनल ਠੀਕ ਹੈ ਫੋਟੋਕਾਪੀ ਨਹੀਂ ਲੈ ਕੇ ਜਾਣੀ ओरिजिनल ਲੈ ਕੇ ਜਾਣੀ ਹੈ ਠੀਕ ਹੈ ਆਧਾਰ ਕਾਰਡ ਸਭ ਕੋਲ ਹੁੰਦਾ ਹੈ ਤੇ ਵੋਟਰ ਕਾਰਡ ਸਭ ਕੋਲ ਹੁੰਦਾ ਇਹਨਾਂ ਦੋਹਾਂ ਵਿੱਚੋਂ ਕੋਈ ਵੀ ਇੱਕ ਆਈਡੀ ਕਾਰਡ ਜ਼ਰੂਰ ਲੈ ਜਾਓ ਆਈਡੀ ਪ੍ਰੂਫ ਜ਼ਰੂਰ ਲੈ ਜਾਓ ਤੇ ਇਹ ਆਧਾਰ ਕਾਰਡ ਨਾਟ ਵੈਲਿਡ ਹੈ ਜਿਹੜਾ ਆਪਾਂ ਡਾਊਨਲੋਡ ਹੁੰਦਾ ਫੋਨ 'ਚ ਉਹ ਨਾਟ ਵੈਲਿਡ ਹੈ ਤੇ ਠੀਕ ਅਨੇਗਲ ਹੋਰ ਦੋਸਤੋ ਸਹੀ 12 ਵਜੇ ਮੈਂ ਕੰਪਿਊਟਰ ਦੇ ਰਿਗਾਰਡਿੰਗ ਇੱਕ ਮੈਰਾਥਨ ਕਲਾਸ ਤੁਹਾਨੂੰ ਪੇਸ਼ ਕਰਾਂਗਾ ਠੀਕ ਹੈ ਮੈ ਮੈਰਾਥਨ ਜਿਸ ਵਿੱਚ ਕਮ ਤੋਂ ਘੱਮ 150 ਪਲੱਸ ਕੁਐਸਚਨਸ ਇਨਕਲੂਡ ਹੋਣਗੇ ਜਲਦੀ ਨਾਲ ਕੀ ਕਰਨਾ ਉਹ ਕਲਾਸ ਵਿਜ਼ਿਟ ਕਰ ਲਓ ਤੇ ਰਾਈਟ ਡਾਊਨ ਕਰ ਲਓ ਸਾਰਾ ਹੀ ਕੰਪਿਊਟਰ ਹੈ ਜਿੰਨੇ ਵੀ 10 15 ਨੰਬਰ ਦਾ ਸਬ ਇਨਸਪੈਕਟਰ ਦੇ ਇਗਜ਼ਾਮ ਵਾਸਤੇ ਉਹ ਸਾਰਾ ਤੁਹਾਡਾ ਕਵਰ ਅਪ ਹੋ ਜਾਵੇ ਠੀਕ ਹੈ ਆਲ ਕੁਐਸਚਨ ਕੰਪਿਊਟਰ ਰਿਲੇਟਡ ਇੱਕ ਵੀਡੀਓ ਵੀ ਤੁਹਾਨੂੰ ਮੈਂ ਪ੍ਰੋਵਾਈਡ ਕਰਵਾ ਦੇਵਾਂਗਾ ਠੀਕ ਹੈ ਇਸ ਤੋਂ ਬਾਅਦ ਸੇਮ ਕੈਂਡੀਡੇਟ ਵਿਦਆਊਟ ਐਡਮਿਟ ਕਾਰਡ ਮਤਲਬ ਕਿ ਐਲੀਜੀਬਲ ਨਹੀਂ ਹੋਵੇਗਾ ਇਗਜ਼ਾਮ ਦੇਣ ਵਾਸਤੇ ਇਹ ਐਡਮਿਟ ਕਾਰਡ ਕਲੈਕਟਡ ਆਫਟਰ ਦਾ ਇਗਜ਼ਾਮ ਬਾਈ ਕਿਉਂਕਿ ਜਿਹੜਾ ਐਡਮਿਟ ਕਾਰਡ ਲੈ ਕੇ ਜਾਉਗੇ ਇਹ ਜਿਹੜਾ ਇਗਜ਼ਾਮ ਇਨਵੈਮ ਲੈਵੇਗਾ ਤੁਹਾਡਾ ਜਿਸ ਰੂਮ ਵਿੱਚ ਇਗਜ਼ਾਮ ਲੈਵੇਗਾ ਉਸ ਨੂੰ ਆਪਾਂ ਸਬਮਿਟ ਕਰਾਉਣਾ ਪਵੇ ਐਡਮਿਟ ਕਾਰਡ ਠੀਕ ਹੈ ਐਂਡ ਇਸ ਤੋਂ ਇਲਾਵਾ ਇੱਥੇ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ ਹੈ ਕਿ ਕੋਈ ਪਰਸਨਲ ਪੈਨ ਵਗੈਰਾ ਜਾਂ ਕੁਝ ਵੀ ਆਪਣੀ 벨ਟ ਪੈਨਸਲ ਇਨਕ ਸਕੈਚ ਪੈਨ ਜੋ ਵੀ ਹੈ ਨਾ ਕੈਲਕੂਲੇਟਰ ਬਾਥ ਵਗੈਰਾ ਕੁਝ ਵੀ ਲੈ ਕੇ ਨਹੀਂ ਜਾਣੀ ਠੀਕ ਹੈ ਬਾਹਰ ਹੀ ਕੜ ਇਸ ਤੋਂ ਇਲਾਵਾ ਇੱਥੇ 네ਗੇਟਿਵ ਮਾਰਕਿੰਗ ਬਾਰੇ ਵੀ ਦੱਸਿਆ ਹੋਇਆ ਜੇ ਤੁਹਾਡੇ ਚਾਰ ਸਵਾਲ ਗਲਤ ਆ ਤਾਂ ਇੱਕ ਨੰਬਰ ਕੱਟਿਆ ਜਾਵੇਗਾ ਠੀਕ ਹੈ ਤੇ ਹੋਰ ਆਪਾਂ ਮੀਨ ਮੰਗਲਨਾ ਦਾ ਸੇਮ ਹੀ ਸੀ ਬਾਕੀ ਸਾਰੇ ਕੈਂਡੀਡੇਟ ਨੂੰ ਪਤਾ ਕਿਉਂਕਿ ਆਲਰੇਡੀ ਆਪਾਂ 2021 ਵਿੱਚ ਇਹ ਐਗਜ਼ਾਮ ਦੇ ਚੁੱਕੇ ਹਾਂ ਤਾਂ ਕਰਕੇ ਆਪ ਦੇ ਧਿਆਨ ਨਾਲ ਤੇ ਇੱਕ ਗੱਲ ਹੋਰ ਜਿਹੜਾ ਵੀ ਆਪਾਂ ਐਡਮਿਟ ਕਾਰਡ ਜਦੋਂ ਐਗਜ਼ਾਮ ਦੇਣ ਜਾਵਾਂਗੇ ਉਸ ਦੇ ਨੀਚੇ ਇਸ ਤਰ੍ਹਾਂ ਦਾ ਸੈਲਫ ਡੈਕਲੇਰੇਸ਼ਨ ਤੁਹਾਨੂੰ ਇੱਕ ਫਾਰਮ ਮਿਲੇਗਾ ਠੀਕ ਹੈ ਇਸ ਨੂੰ ਫਿਲ ਕਰਕੇ ਪ੍ਰਿੰਟ ਕਰਵਾ ਕੇ ਫਿਲ ਕਰਕੇ ਤੇ ਆਪਣੇ ਸਿਗਨੇਚਰ ਕਰਕੇ ਇਹ ਵੀ ਜ਼ਰੂਰੀ ਹੈ ਠੀਕ ਹੈ ਨਾਲ ਲੈ ਕੇ ਜਾਣਾ ਓਕੇ